ਸ੍ਰੀ ਗੀਤਾ ਜਨਮ ਦਿ ਦੇ ਮੌਕੇ ਤੇ ਅੱਜ ਜਲੰਧਰ ਵਿੱਚ ਸ੍ਰੀ ਗੀਤਾ ਜਨਮ ਦਿ ਗਿਆਨ ਯੱਗ ਪਰਵ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਦੇਸ਼ ਭਰ ਤੋਂ ਆਏ ਸੰਤ ਸਮਾਜ ਨੇ ਲੋਕਾਂ ਨੂੰ ਸ੍ਰੀ ਕ੍ਰਿਸ਼ਨ ਜੀ ਵੱਲੋਂ ਸ਼੍ਰੀ ਮਦ ਭਗਵਤ ਕੀਤਾ ਵਿੱਚ ਦਿੱਤੇ ਗਏ ਉਪਦੇਸ਼ਾਂ ਤੇ ਅਮਲ ਕਰਦਿਆਂ ਸਮਾਜ ਭਲਾਈ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਮਹਾਸਮੇਲਨ ਤੋਂ ਬਾਅਦ ਸ੍ਰੀ ਗੀਤਾ ਜਨਮ ਦਿ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸ਼੍ਰੀ ਗੀਤਾ ਦੇ ਉਪਦੇਸ਼ਾਂ ਨਾਲ ਸੰਬੰਧਿਤ ਝਾਕੀਆਂ ਸਜਾਈਆਂ ਗਈਆਂ ਅਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।